ਤੇ ਵਕਫੇ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਹੁਣ ਸਮਾਂ ਜੀ ਤੁਹਾਡੀ ਫੋਨ ਕਾਲਸ ਲੈਣ ਦਾ। ਇਸ ਮੁੱਦੇ ਦੇ ਮੁਤਲਕ ਤੁਸੀਂ ਕੀ ਕੁਝ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਆਓ ਜਾਣਦੇ ਹਾਂ ਤੁਹਾਡੇ ਵੀ ਵਿਚਾਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕੇਵਲ ਜਗਪਾਲ ਬੋਲ ਰਿਹਾ। ਹਰਕ੍ਰਿਸ਼ਨ ਜੀ 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 ਅਮਿਤ ਸ਼ਰਮਾ ਜੀ ਬਹੁਤ ਅੱਛੀ ਤਰ੍ਹਾਂ ਸੰਖੇਪ ਕਰਕੇ ਬਿਆਨ ਕਰ ਗਏ ਨੇ ਜਿਹੜਾ ਇਸ ਵੇਲੇ ਵਿਵਾਦ ਚੱਲ ਰਿਹਾ ਅੱਜ ਦੇ ਮੁੱਦੇ ਦਾ। ਜੀ 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 ਪਰ ਇੱਕ ਗੱਲ ਮੈਂ ਕਹਿ ਸਕਦਾ ਵੀ ਜਿਹੜਾ ਤਾਂ MLA ਵਿਧਾਨ ਸਭਾ ਚ ਬਣਿਆ ਚੁੱਪ ਹੈ ਜੀ, ਉਹਦੀ ਇੱਜ਼ਤ ਹੈ। ਜਿਹੜਾ 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 ਲੀਡਰ ਹੈ ਜੇ ਉਹ ਸੱਚ ਬੋਲਦਾ ਹੈ ਜੀ, ਉਹਦੀ ਦੁਰਦਸ਼ਾ ਕਰਦੇ ਨੇ ਤਾਂ ਠੱਗ MLA ਕਾਮਯਾਬ ਹੈ ਜੀ। ਇਹ ਮੈਂ ਤਾਂ ਹਿੰਦੁਸਤਾਨ ਦੀ ਜਿਹੜੀ ਸਿਆਸਤ 'ਚ ਮੈਂ ਇਹ ਵੇਖਿਆ, ਮੈਂ ਥੋੜ੍ਹੇ ਕਲੋਜ਼ਲੀ ਵਾਚ ਕਰ ਰਿਹਾ, ਮੈਂ ਮੇਰੇ ਬਾਹਰ ਰਹਿ ਕੇ। ਹਾਂਜੀ, ਤਾਂ ਜਿਹੜਾ ਜਿਹੜਾ ਖਹਿਰਾ ਸਾਹਿਬ ਨੂੰ ਉਹਨੇ ਰਿਮੂਵ ਕੀਤਾ, ਤੁਹਾਨੂੰ ਯਾਦ ਹੋਣਾ ਦੋ ਤਿੰਨ ਦਿਨ ਪਹਿਲਾਂ ਤੁਸੀਂ ਮੁੱਦਾ ਰੱਖਿਆ ਸੀ, ਮੈਂ ਕਿਹਾ ਸੀ ਵੀ ਖਹਿਰਾ ਹੋਣੀ ਆਪੋਜੀਸ਼ਨ ਲੀਡਰ ਨਹੀਂ ਕਾਮਯਾਬ ਹੋ ਸਕਦੇ ਜੇਕਰ ਸੌਦੇਬਾਜ਼ੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ। ਜੇ ਕਾਮਯਾਬ ਹੋਣਾ ਤਾਂ ਸੌਦਾ ਕਰਨਾ ਪਏਗਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹੁਣ ਪੰਜਾਬ ਦੀ ਸਿਆਸਤ ਅੱਜ ਹੀ ਹੋ ਚੁੱਕੀ ਹੈ ਕਿ ਜੇ ਕਾਮਯਾਬ ਹੋਣਾ ਤਾਂ ਸੌਦਾ ਕਰ ਲਓ, ਤਾਂ ਤੁਸੀਂ ਕਾਮਯਾਬ ਹੋ, ਵਰਨਾ ਤੁਸੀਂ ਕਾਮਯਾਬ ਨਹੀਂ ਹੋ, ਤੁਹਾਨੂੰ ਹਟਾ ਦਿੱਤਾ ਜਾਏਗਾ। ਬਿਲਕੁਲ, ਸੌਦੇਬਾਜ਼ੀ ਦੀ ਕੋਈ ਲੋੜ ਨਹੀਂ ਜੀ ਜੀ, ਇਹਦੇ ਵਿੱਚ ਸੌਦੇਬਾਜ਼ੀ ਦੀ ਕੋਈ ਲੋੜ ਨਹੀਂ ਸੀ, ਆਮ ਆਦਮੀ ਪਾਰਟੀ ਚੱਲ ਸਕਦੀ ਸੀ। ਹੁਣ ਮੈਂ ਦੱਸਦਾ ਜੀ, ਖਹਿਰਾ ਸਾਹਿਬ ਮਗਰ ਦੇ 10 ਹੈ ਨੇ MLA, ਤਾਂ 12 ਹੋ ਜਾਣਗੇ ਪਾ ਕੇ ਆਪਣੇ ਬੈਂਸ ਬ੍ਰਦਰ, ਤਾਂ ਉਧਰੋਂ ਜੀ ਆਪੋਜੀਸ਼ਨ ਤਾਂ ਫਿਰ ਆਪਣੇ ਅਕਾਲੀ ਬਣ ਜਾਣਗੇ ਮੈਨੂੰ ਲੱਗਦਾ। ਸ਼ੱਕ ਪੈਂਦੇ ਅਕਾਲੀ ਪਾਰਟੀ ਬਣੇਗੀ, ਅਕਾਲੀ ਦਲ ਬਹੁਤ ਜ਼ਬਰਦਸਤ ਸਟ੍ਰੈਟੇਜੀ ਚੱਲਦੀ ਹੈ ਐਂਡ ਉਹਨੂੰ ਕੋਈ ਨਹੀਂ ਰੋਕ ਸਕਦਾ। ਚਲੋ ਲੈਟਸ ਸੀ ਕਿ ਕੀ ਹੁੰਦਾ 2 ਅਗਸਤ ਨੂੰ ਸੁਖਪਾਲ ਖਹਿਰਾ ਇੱਕ ਬਠਿੰਡਾ ਦੇ ਵਿੱਚ। ਪਰ ਬਹੁਤ ਜ਼ਿਆਦਾ ਜੀ ਉਹ ਆਪਣੇ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ, ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਜੀ, ਧੱਕਾ ਹੋ ਗਿਆ, ਬਹੁਤ ਬਹੁਤ ਭੈੜੀ ਗੱਲ। ਬਸ ਹੋਰ ਮੈਂ ਵੱਧ ਨਹੀਂ ਕਹਿੰਦਾ, ਬਹੁਤ ਅਮਿਤ ਸ਼ਰਮਾ ਨੇ ਬਹੁਤ ਕੁਛ ਕਿਹਾ ਗਿਆ ਜਿਹੜਾ ਬਹੁਤ ਬਰੀਫ ਕਰ ਗਿਆ ਜੀ। ਜੀ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਹਰਕੀਰ ਸਿੰਘ, ਮੈਂ ਗੁਰਦੇਵ ਸਿੰਘ ਭੋਗਲ ਬੋਲ ਰਿਹਾ। ਹਾਂਜੀ ਭੋਗਲ ਜੀ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਦੇਖੋ ਜੀ, ਹਰਕੀਰ ਸਿੰਘ, ਸਿਚੁਏਸ਼ਨ ਬੜੀ ਗੁੰਝਲਦਾਰ ਜਿਹੀ ਬਣ ਗਈ ਜੀ ਜੀ ਜੀ, ਤੇ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਪਤਾ ਅਜੇ ਮੈਨੂੰ ਵੀ ਨਹੀਂ, ਮੈਂ ਪੋਲੀਟੀਕਲ ਕੋਈ ਸਟੂਡੈਂਟ ਨਹੀਂ ਹੈ ਜੀ, ਪਰ ਲੇਕਿਨ ਅਖਬਾਰਾਂ ਤਾਂ ਮੈਂ ਰੋਜ਼ ਪੜ੍ਹਦਾ ਹੀ ਹਾਂ ਨਾ ਜੀ ਜੀ ਜੀ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਜੇ ਸੱਚ ਨੂੰ ਫਾਂਸੀ ਆ ਨਾ, ਸੱਚ ਨੂੰ ਫਾਂਸੀ ਆ ਨਾ, ਜਿਹਨੂੰ ਆਪਾਂ ਕਹਿੰਦੇ ਵੀ ਸੱਚ ਨੂੰ ਹਮੇਸ਼ਾ ਫਾਂਸੀ ਹੁੰਦੀ ਆ ਜੀ ਜੀ, ਜੇ ਸੱਚ ਨੂੰ ਫਾਂਸੀ ਹੈ ਤਾਂ ਔੜ ਕੇ ਜਿੱਤ ਵੀ ਸੱਚ ਦੀ ਹੁੰਦੀ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਨੂੰ ਉਦਾਹਰਣ ਦੇਣਾ, ਇਤਿਹਾਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਬੋਲਿਆ ਤੇ ਬਾਬਰ ਦੇ ਜੇ ਗੁਰੂ ਨਾਨਕ ਪਾਤਸ਼ਾਹ ਨੂੰ ਜੇਲ੍ਹ ਦੀ ਯਾਤਰਾ ਕਰਨੀ ਪਈ, ਪਰ ਉਦੋਂ ਬਾਅਦ ਸਾਰੀ ਦੁਨੀਆ ਬਾਬਾ ਜੀ ਦੇ ਪੈਰੀ ਪੈ ਗਈ ਜੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਸੱਚ ਦੀ ਜਿੱਤ ਹੁੰਦੀ ਹੈ। ਲੇਕਿਨ ਹੁਣ ਜਿਹੜੀ ਸੱਚ ਉਹਨਾਂ ਨੇ ਬੋਲਿਆ, ਉਹ ਸੱਚ ਉਹਨਾਂ ਦੀ ਜਿਹੜੀ ਗੱਲ ਸੀਗੀ ਉਹ ਗੱਲ ਨਹੀਂ ਸੁਣੀ ਗਈ ਔਰ ਉਹਨਾਂ ਨੂੰ ਓਪੋਜੀਸ਼ਨ ਲੀਡਰ ਦੇ ਵਜੋਂ ਹਟਾ ਦਿੱਤਾ। ਹਰਕੀਰ ਸਿੰਘ, ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜੀ, ਭਈ ਜਿਹੜੀ ਹੁਣ ਇਹ ਗੱਲ ਅਫਵਾਹ ਉੜੀ ਆ ਭਈ ਆਪਣੇ ਖਹਿਰਾ ਸਾਹਿਬ ਦੇ ਨਾਲ 10 MLA ਜਾਂ ਉਹਨਾਂ ਦੇ 10 ਬੰਦੇ ਪਾਰਟੀ ਦੇ ਹੋਰ ਖੜੇ ਨੇ, ਤਾਂ ਫਿਰ ਜੇ ਹੋਰ ਵੀ ਇਹਨਾਂ ਦੇ ਨਾਲ ਰਲ ਜਾਣ, ਤੇ ਜੇ ਇਹ ਬੈਂਸ ਬ੍ਰਦਰ ਦੇ ਨਾਲ ਜਿਹੜੀ ਇਨਸਾਫ਼ ਪਾਰਟੀ ਉਹਨਾਂ ਦੇ ਨਾਲ ਰਲ ਜਾਣ, ਤੇ ਕੋਈ ਹਰਜਾ ਨਹੀਂ ਹੈ। ਕਿਉਂਕਿ ਜੇਕਰ ਮੁੜ ਕੇ ਜੇਕਰ ਇਹ ਫੈਸਲਾ ਕੇਜਰੀਵਾਲ ਨੇ ਵਾਪਸ ਲੈ ਲਿਆ ਤੇ ਉਹਨੂੰ ਵਾਪਸ ਜਿਹੜੀ ਲੀਡਰਸ਼ਿਪ ਦੇ ਦਿੱਤੀ, ਤੇ ਉਹਦਾ ਫਾਇਦਾ ਕੋਈ ਨਹੀਂ, ਕਿਉਂਕਿ ਨੁਕਸਾਨ ਤੇ ਹੋ ਚੁੱਕਾ ਜੀ 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 ਜੀ। ਮੈਂ ਕਿਉਂਕਿ ਜਿਹੜਾ ਅਣਖ ਵਾਲਾ ਬੰਦਾ ਆ ਨਾ, ਉਹ ਕਦੇ ਇਸ ਤਰ੍ਹਾਂ ਨਹੀਂ ਕਰੇਗਾ, ਮੁੜ ਕੇ ਉਹ ਲੀਡਰਸ਼ਿਪ ਨਹੀਂ ਲਏਗਾ ਜੀ 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 ਜੀ। ਮੈਂ ਇੱਕ ਸ਼ੇਅਰ, ਬਹੁਤ ਬਹੁਤ ਧੰਨਵਾਦ ਭੋਗਲ ਜੀ, ਹੋਰ ਵੀ ਸਾਡੇ ਨਾਲ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਗੱਲ ਅਸੀਂ ਸਮਝ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ? ਮੇਰਾ ਨਾਮ ਹੈ ਸਿੰਦਰ ਪਾਲ ਦਾਦਰ ਜੀ ਜੀ, ਮੈਂ ਗ੍ਰੀਨ ਫੁੱਟ ਤੋਂ ਬੋਲਦਾ ਜੀ ਜੀ। ਪੈਸੇ ਦਾ ਮਾਮਲਾ ਹੈ, ਸਾਰੇ ਬੜੇ ਲੋਕ ਪੈਸੇ ਦੇ ਮੰਗ ਰਹੇ ਆ, ਮਮਤਾ ਨੇ ਮਾਇਆ ਜੀ, ਤੁਹਾਡੀ ਗੱਲ ਸਮਝ ਆਈ ਜੀ, ਹੋਰ ਵੀ ਮੇਰੇ ਨਾਲ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਗੱਲ ਸਮਝ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਲੰਕਾ ਸੋਨੇ ਦੀ ਬਣਾਣੀ ਦੀ ਕੇਂਦੀ ਆਲ ਨੇ ਉਹਨੇ ਬਣਾ ਲਈ ਹੈ। ਅੱਛਾ ਅੱਛਾ ਅੱਛਾ, ਜਿਹੜਾ ਮਰਜ਼ੀ ਨਾਲ ਰਵੇ ਨਾ ਰਵੇ, ਨਾ ਉਹ ਵੀ ਰਵੇ ਨਾ ਰਵੇ। ਅੱਛਾ, ਦੇਖੋ ਜੀ, ਡਿਪੂ ਸਾਰੇ ਉਹਦੇ ਕੋਲ ਹੈਗਾ ਦਿੱਲੀ ਦੇ ਜੀ,
ਟੇਕੇ 350 ਨੇ ਹੋਰ ਬਣਾ ਦਿੱਤਾ, ਕਰੋੜ ਕਰੋੜ ਤਾਂ ਲਿਆ ਹੀ ਹੋਊਗਾ ਨਾ ਉਹਨਾਂ ਨੂੰ ਜੀ ਜੀ ਜੀ। ਚਾਰ ਕੁ ਬੰਦੇ ਹੈਗੇ ਉਹਦੇ ਪਾਰਟੀ ਦੇ ਉੱਤੇ, ਸਿਸੋਦੀਆ ਹੈਗਾ ਜੀ, ਇੱਕ ਉਹ ਆਪ ਹੈਗਾ ਸੰਜੀਵ ਸਿੰਘ, ਉਹਨੇ ਕੱਢ ਦਿੱਤਾ, ਉਹ ਕਿਸੇ ਗਿਣਤੀ ਦੇ ਵਿੱਚ ਨਹੀਂ ਹੈਗਾ ਜੀ 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 ਜੀ। ਤੇ ਬਾਕੀ ਖਹਿੜਾ ਕਿਹੜੇ ਖੇਤ ਦੀ ਮੂਲੀ ਸੀ, ਇਹ ਜ਼ਿਆਦਾ ਭੁੰਗਦਾ ਸੀਗਾ, ਇਹਨੂੰ ਉਹਨੇ ਕੱਢ ਕੇ ਬਾਹਰ ਮਾਰਿਆ। ਚਲੋ ਅਸੀਂ ਕਿਸੇ ਦੇ ਉੱਤੇ ਨਿੱਜੀ ਅਟੈਕ ਨਾ ਕਰੀਏ, ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ ਜੀ। ਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ, ਮੈਂ ਕਹਿੰਦਾ ਕਿ ਜਿਹੜੇ ਕੇਜਰੀਵਾਲ ਨੇ ਇਹ ਐਕਸ਼ਨ ਲਿਆ ਦਿਸ ਰੋਂਗ, ਕਿਉਂਕਿ ਖੈਰਾ ਹੀ ਇਜ਼ ਕੁਆਇਟ ਓਨੈਸਟ ਪਰਸਨ ਜੀ। ਅੱਛਾ, ਉਸਨੇ ਪਹਿਲਾਂ ਵੀ ਗਲਤੀ ਕੀਤੀ ਕਿ ਸੱਚਾ ਸਿੰਘ ਨੂੰ ਵੀ ਸੈਕ ਦਿੱਤੀ ਸੀਗੀ ਜੀ ਜੀ। ਤੇ ਜਿੱਥੋਂ ਤੱਕ ਮੇਰਾ ਖਿਆਲ ਆ ਕਿ ਇਹਨੇ ਕੇਜਰੀਵਾਲ ਕਾਂਗਰਸ ਦੇ ਨਾਲ ਗੱਠਜੋੜ ਕਰਕੇ ਆਪਣੀ ਦਿੱਲੀ ਦੀ ਸੀਟ ਨੂੰ ਵੀ ਸਪੋਰਟ ਆਪਣਾ ਸੇਵ ਕਰਨਾ ਚਾਹੁੰਦਾ, ਪੰਜਾਬ ਦੇ ਵਿੱਚ ਵੀ ਉਹਦੇ ਨਾਲ ਗੱਠਜੋੜ ਕਰਨਾ ਚਾਹੁੰਦਾ। ਉਸਨੂੰ ਡਰ ਸੀਗਾ ਕਿ ਸੁੱਚਾ ਸਿੰਘ ਹੋ ਸਕਦਾ ਹੈ ਰੋੜਾ ਅਟਕਾਵੇ ਉਹਦੇ ਵਿੱਚ, ਤਾਂ ਕਿ ਇਹ ਜਿਹੜੀ ਗੱਠਜੋੜ ਨੂੰ ਉਹ ਨਿਭਾ ਸਕੇ, ਮੇਰਾ ਇਹ ਖਿਆਲ ਹੈ। ਮੀਡੀਆ ਰਿਪੋਰਟਸ ਇਹ ਵੀ ਕਹਿ ਰਹੀਆਂ ਹਨ, ਮੀਡੀਆ ਰਿਪੋਰਟਸ ਇਹ ਵੀ ਕਹਿ ਰਹੀਆਂ ਹਨ ਕਿ ਕੇਜਰੀਵਾਲ ਕਿਸੇ ਨੂੰ ਵੀ ਚਿਹਰਾ ਨਹੀਂ ਬਣਨ ਦੇਣ ਚਾਹੁੰਦੇ ਕਿ ਕੋਈ ਵੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਚਿਹਰਾ ਬਣੇ। ਮੈਂ ਗੱਲ ਕਰ ਰਿਹਾ ਮੁੱਖ ਮੰਤਰੀ ਦੇ ਲਈ। ਮੁੱਖ ਮੰਤਰੀ ਤਾਂ ਖੈਰ ਉਹ, ਕਿਉਂਕਿ ਉੱਥੇ ਦਿੱਲੀ ਤਾਂ ਹੈਗਾ ਹੀ ਆ ਉਹ ਜੀ ਜੀ, ਮਗਰ ਉਹ ਆਪਣੀ ਨਾ ਦੋ ਜਗ੍ਹਾ ਦੇ ਉੱਤੇ ਸੇਫਟੀ ਚਾਹੁੰਦਾ ਹੈਗਾ ਜੀ। ਜੇ ਦਿੱਲੀ ਦੇ ਵਿੱਚ ਕੁਛ ਹੋ ਜਾਵੇ ਤੇ ਫਿਰ ਉਹ ਪੰਜਾਬ ਦੇ ਵਿੱਚ ਬਣ ਸਕਦਾ ਜੀ 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 ਜੀ। ਪੰਜਾਬ ਦੇ ਵਿੱਚ ਨਾ ਦਿੱਲੀ ਤਾਂ ਹੈਗਾ, ਉਸਨੂੰ ਇਸ ਚੀਜ਼ ਦਾ ਸੀਗਾ ਕਿ ਉਹਦੇ ਕੰਟਰੋਲ ਦੇ ਵਿੱਚ ਹੋਵੇ ਜਿਹੜਾ ਬੰਦਾ ਪੰਜਾਬ ਨੂੰ ਵੀ, ਪੰਜਾਬ ਦਾ ਵੀ ਜਿਹੜਾ ਲੀਡਰ ਹੋਵੇ ਉਹ ਉਹਦੇ ਕੰਟਰੋਲ 'ਚ ਹੋਵੇ। ਓਕੇ ਓਕੇ ਓਕੇ, ਬਹੁਤ ਬਹੁਤ ਧੰਨਵਾਦ ਜੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲੰਡਨ ਤੋਂ ਬੋਲ ਰਿਹਾ ਜੀ। ਕੀ ਕਹਿਣਾ ਚਾਹੁੰਦੇ? ਬੇਸਿਕ ਗੱਲ ਕਰਨੀ ਚਾਹੁੰਦਾ ਹੈ, ਆਮ ਆਦਮੀ ਪਾਰਟੀ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ, ਉਹ ਇਹ ਵੀ ਜਿਹੜੀ ਕੋਈ ਵੀ ਪਾਰਟੀ ਉੱਥੇ ਤੁਸੀਂ ਡੈਮੋਕ੍ਰੈਟਿਕਲੀ ਕੋਈ ਵੀ ਨਹੀਂ ਚੁਣੀ, ਤੁਸੀਂ ਪੁੱਛੋ ਕਿਉਂ? ਇੱਕ ਬੰਦੇ ਦੇ ਹੱਥ ਸਾਰੀ ਤਾਕਤ ਹੈ, ਲੈਟਰ ਬੀ ਅਕਾਲੀ ਪਾਰਟੀ, ਲੈਟਰ ਬੀ ਕਾਂਗਰਸ, ਲੈਟਰ ਬੀ ਬੀਜੇਪੀ, ਦੇਸ਼ ਦੇ ਹੈਵ ਟੂ ਸਟਾਰਟ ਫਰੋਮ ਦਾ ਗ੍ਰਾਸ ਰੂਟ, ਥੱਲਿਓ ਬੰਦੇ ਪਿਕਅਪ ਕਰਨ, ਉਹ ਚਾਰਟਰ ਜਿਹੜਾ ਬਣਿਆ ਉਹਨਾਂ ਦੀ ਪਾਰਟੀ ਦਾ ਨਵਾਂ ਬਣਾਉਣ। ਤੇ ਡੋਂਟ ਨੀਡ ਕੇਜਰੀਵਾਲ, ਕੇਜਰੀਵਾਲ ਹੁਣ ਤਾਂ ਇਸ ਹੇਟਡ ਬਾਈ ਪੰਜਾਬੀ, ਅੱਗੇ ਟੋਪੀਆਂ ਵਾਲੇ ਕਹਿੰਦੇ ਸੀ ਉਹਦੀ ਗੱਲ ਸੁਖਬੀਰ ਬਾਦਲ ਦੀ, ਇਹ ਤਾਂ ਠੀਕ ਹੈ, ਬਟ ਇਹ ਦੇ ਕੈਨੋਟ ਕਮ ਅਪ ਅੰਟਿਲ ਅਨਲੈਸ ਦੇ ਕਲੀਨ ਗ੍ਰਾਸ ਰੂਟ ਤੋਂ ਹੋਏਗੀ ਉਹ। ਦੈਟ ਇਜ਼ ਟੂ ਸੇ ਸਿਲੈਕਟ ਦ ਪੀਪਲ ਫਰੋਮ ਗ੍ਰਾਸ ਰੂਟ, ਜਦੋਂ ਚੁਣਦੇ ਆ ਤੁਸੀਂ ਬੰਦੇ ਨੂੰ, ਦੂਜਿਆਂ ਨੂੰ ਸ਼ਰਮ ਆਊ, ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਰਾਜ ਇੱਥੇ ਹਮਲਾ ਕੀਤਾ ਇੰਗਲੈਂਡ ਵਾਲਿਆਂ ਨੇ, 60% ਨਾ ਮੇਰਾ ਖਿਆਲ 56% ਸੀ ਇਨ ਫੇਵਰ, ਉਹ ਸਟੂਜ ਬਣ ਗਿਆ ਸੀ ਟੋਨੀ ਬਲੇਅਰ ਦਾ ਬੁਸ਼ ਦਾ, ਤੇ ਦੂਜੇ ਬੰਦੇ ਨੇ ਕਿੰਨੇ ਨੇ ਰਿਜ਼ਾਈਨ ਕੀਤਾ, ਕਿੰਨੇ ਛੱਡ ਕੇ ਆਪਣੇ ਦਫ਼ਤਰੀ ਭੱਜ ਗਏ, ਬਟ ਦੇ ਸਟਿਲ ਲਿਵਡ ਇਨ ਦਾ ਡੈਮੋਕ੍ਰੇਸੀ, ਦੇ ਆਨਰ ਦੈਟ, ਜਿਹੜਾ ਕੰਮ ਉਹਨਾਂ ਨੇ ਕੀਤਾ, ਜਿਹਨਾਂ ਨੇ ਡਿਸੀਜਨ ਲਿਆ ਸੀ ਗੌਰਮੈਂਟ ਨੇ, ਦੇ ਆਨਰ ਦੈਟ, ਸੋ ਦੈਟਸ ਵਾਟ ਵੀ ਕਾਲ ਇਟ ਡੈਮੋਕ੍ਰੇਸੀ। ਸੋ ਦੇਰ ਇਜ਼ ਨੋ ਪਾਰਟੀ ਇਨ ਡੈਮੋਕ੍ਰੇਟਿਕ ਮੈਨਰ ਇਨ ਪੰਜਾਬ, ਆਈ ਥਿੰਕ ਇਟਸ ਹਾਈ ਟਾਈਮ ਫਾਰ ਦੈਮ, ਆਈ ਰੀਲੀ ਵੁੱਡ ਲਾਈਕ ਟੂ ਸੈਂਡ ਐਨ ਈਮੇਲ ਟੂ ਆਮ ਆਦਮੀ ਪਾਰਟੀ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਹਨੂੰ ਭੇਜਾਂ, ਜੀ ਮੈਂ ਤੁਹਾਨੂੰ ਭੇਜਦਾ ਮੇਲ, ਤੁਸੀਂ ਕੈਨ ਯੂ ਫਾਰਵਰਡ ਇਟ? ਜੀ ਜੀ ਜੀ, ਯੂ ਕੈਨ ਸੈਂਡ ਮੀ ਅ ਮੇਲ ਜੀ, ਮੈਂ ਈਮੇਲ ਆਈਡੀ ਤੁਹਾਨੂੰ ਦੱਸ ਦੇਣਾ, harkirat@justbroadcasting.com, info@justbroadcasting.com, ਤੁਸੀਂ ਦੋਨੋਂ ਈਮੇਲ ਦੇ ਵਿੱਚ ਕਿਸੇ ਈਮੇਲ ਦੇ ਉੱਤੇ ਮੈਨੂੰ ਭੇਜ ਦਿਓ, ਤੇ ਆਈ ਵਿਲ ਡੈਫੀਨੇਟਲੀ ਫਾਰਵਰਡ ਦਿਸ ਟੂ ਦੀ ਕਨਸਰਨ ਟੀਮ। ਆਈ ਐਮ ਸੋ ਗ੍ਰੇਟਫੁਲ ਸਰ, ਜੀ ਜੀ ਥੈਂਕ ਯੂ ਜੀ ਜੀ, ਗੁੱਡ ਲੱਕ, ਬਾਏ, ਧੰਨਵਾਦ ਜੀ ਬਹੁਤ ਬਹੁਤ। ਤੇ ਜੀ ਗੱਲ ਇੱਥੇ ਆਈ ਹੈ ਕਿ ਵਾਕਈ ਭਰੋਸਾ ਆਮ ਆਦਮੀ ਪਾਰਟੀ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਵੱਸਦੇ ਸਾਡੇ ਪੰਜਾਬੀ ਭਾਈਚਾਰੇ ਨੇ, ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਜਿਤਾਇਆ ਸੀਗਾ। ਕੀ ਤੁਹਾਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਜਾਂ ਫਿਰ ਉਹਨਾਂ ਦੀ ਜਿਹੜੀ ਟੀਮ ਹੈ, ਉਹਨਾਂ ਦੀ ਜਿਹੜੀ ਕੋਰ ਵੈਲਿਊਜ਼ ਨੇ ਔਰ ਮੋਰਲ ਵੈਲਿਊਜ਼ ਹੈ, ਉਹ ਪੰਜਾਬ ਦੇ ਵਸਨੀਕਾਂ ਦੇ ਨਾਲ ਮੈਚ ਨਹੀਂ ਹੋ ਰਹੀ, ਔਰ ਇਸੇ ਕਰਕੇ ਉਹਨਾਂ ਨੂੰ ਹੁਣ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਜਿਸ ਕਰਕੇ ਇਹ ਵੀ ਸਾਹਮਣੇ ਆਈ ਹੈ ਰਿਪੋਰਟ ਕਿ ਹੁਣ ਜਿੰਨੇ ਵਲੰਟੀਅਰਸ ਆਮ ਆਦਮੀ ਪਾਰਟੀ ਦੇ
ਪਹਿਲਾਂ ਸੀਗੇ ਵਿਧਾਨ ਸਭਾ ਚੋਣਾਂ ਦੇ ਦੌਰਾਨ, ਹੁਣ ਉਹ ਘਟਦੇ ਜਾ ਰਹੇ ਨੇ। ਇਹੀ ਕਾਰਨ ਕਿ ਤੁਹਾਨੂੰ ਵੀ ਲੱਗਦਾ ਤਾਂ ਤੁਸੀਂ ਮੈਨੂੰ ਕਾਲ ਕਰਕੇ ਹੇਠ ਲਿਖੇ ਨੰਬਰ ਦੇ ਉੱਤੇ ਦੱਸ ਸਕਦੇ ਹੋ। ਮੇਰੇ ਨਾਲ ਲਗਾਤਾਰ ਕਾਲਰ ਜੁੜੇ ਹੋਏ ਨੇ ਜੋ ਸਾਨੂੰ ਇਸ ਮੁਤਲਕ ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਜੀ 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 ਮੰਗਲ ਸਿੰਘ ਬੋਲ ਰਿਹਾ। ਸੁਖਪਾਲ ਸਿੰਘ ਖਹਿਰਾ ਬਹੁਤ ਹੀ ਵਧੀਆ ਪਾਰਟੀ ਦੇ ਵਧੀਆ ਮੈਂਬਰ ਆ ਉਹ। ਜੀ ਜੀ ਸੱਚੀ ਸੁੱਚੀ ਗੱਲ ਕਰਦੇ ਆ ਉਹ। ਜੀ ਹਾਂਜੀ ਜੀ, ਬਹੁਤ ਵਧੀਆ ਪੰਜਾਬ ਦੀ ਆਵਾਜ਼ ਉਠਾਉਂਦੇ ਉਹ। ਜੀ ਬਹੁਤ ਸੋਹਣੇ ਲੀਡਰ ਆ ਉਹ, ਬਹੁਤ ਵਧੀਆ ਆਮ ਪਾਰਟੀ ਲੀਡਰ ਆ ਉਹ। ਜੀ ਇਹਨੂੰ ਹਟਾਉਣਾ ਤੇ ਆਮ ਪਾਰਟੀ ਵਾਲੇ ਇਹਨਾਂ ਨੂੰ ਘਾਟਾ ਹੀ ਆ, ਘਾਟਾ ਹੈ ਉਹਨਾਂ ਨੂੰ, ਲੋਸ ਹੈ। ਜੀ ਬਹੁਤ ਬਹੁਤ ਪੰਜਾਬ ਵਾਸਤੇ ਬਹੁਤ ਵਧੀਆ ਆਵਾਜ਼ਾਂ ਉਠਾਉਂਦੇ ਆ, ਬਹੁਤ ਵਧੀਆ ਕੰਮ ਕਰਦੇ ਆ, ਜਿੱਥੇ ਜਾਂਦੇ ਆ ਉੱਥੇ ਸੋਹਣਾ ਕੰਮ ਕਰਦੇ ਆ। ਹਾਂਜੀ ਜੀ, ਤੇ ਇਹਨੂੰ ਜਦੋਂ ਅੱਜ ਇਹਨਾਂ ਨੇ ਪਿੱਛੇ ਹਟਾਇਆ, ਜੀ ਇਹ ਗੱਲ ਵਧੀਆ ਨੀ ਹੈਗੀ ਪਾਰਟੀ ਵਾਸਤੇ। ਜੀ ਹਾਂਜੀ, ਇਹਨਾਂ ਨੂੰ ਇਹ ਤਾਂ ਬੰਦਾ ਮੋਹਰੇ ਲਿਆਉਣਾ ਹੈਗਾ ਜਿਹੜੇ ਇਹਨਾਂ ਪਿੱਛੇ ਕਰਦਾ। ਜੀ ਹਾਂਜੀ ਜੀ, ਤੇ ਵਧੀਆ। ਚਲੋ ਕੱਲ ਨੂੰ ਤੁਹਾਡੀ ਕੋਈ ਮੀਟਿੰਗ ਸ਼ੀਟਿੰਗ ਕਿਤੇ ਹੁੰਦੀ ਆ, ਸੁਖਪਾਲ ਖਹਿਰਾ ਬਹੁਤ ਵਧੀਆ ਲੀਡਰ ਆ ਆਮ ਪਾਰਟੀ ਦਾ। ਜੀ ਠੀਕ ਹੈ, ਆਮ ਪਾਰਟੀ ਦਾ ਬਹੁਤ ਬਹੁਤ ਵਧੀਆ ਲੀਡਰ ਆਮ ਪਾਰਟੀ ਦਾ। ਜੀ 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 ਜੀ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲਸ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੋਗੇ? ਹਾਂਜੀ ਭਾਜੀ, ਮੈਂ ਜਿੱਦਾਂ ਤੁਹਾਡਾ ਕਾਲ ਲੱਗੇ ਤਾਂ ਕੀਤੀ ਨੀ ਕਦੇ, ਅੱਜ ਕੀਤੀ। ਜਿੱਦਾਂ ਭੋਗਲ ਸਾਹਿਬ ਗੱਲ ਕਰਦੇ ਸੀ ਤੁਸੀਂ, ਇੱਦਾਂ ਨਾ ਉਹ ਮੈਸੇਜ ਕਰਕੇ ਫੋਨ ਕੀਤਾ ਹੈ, ਜਿੱਦਾਂ ਉਹ ਆਪਣੀ ਕਵਿਤਾ ਕੋ ਕਹਿਣੀ ਚਾਹੁੰਦੇ ਸੀ। ਜੀ ਜੀ, ਤੁਸੀਂ ਵਿੱਚ ਫੋਨ ਕਰਤਾ ਭਾਜੀ, ਤੁਸੀਂ ਗੱਲ ਕੋਈ ਕਰਦਾ ਹੈ ਤਾਂ ਗੱਲ ਤੁਹਾਨੂੰ ਸੁਣਨੀ ਚਾਹੀਦੀ ਹੈ। ਨਹੀਂ ਭੋਗਲ ਜੀ, ਭੋਗਲ ਜੀ ਦੀ ਗੱਲ ਪੂਰੀ ਹੋ ਗਈ ਸੀ। ਅਗਰ ਭੋਗਲ ਜੀ ਪੂਰੀ ਉਹ ਕਵਿਤਾ ਉਹ ਕਹਿਣੀ ਚਾਹੁੰਦੇ ਤੁਸੀਂ ਫੋਨ ਕਰਤਾ ਵਿੱਚ ਹੀ, ਕੋਈ ਗੱਲ ਨਹੀਂ। ਅਗਰ ਭੋਗਲ ਜੀ ਨੂੰ ਕਵਿਤਾ ਕਹਿਣੀ ਸੀ ਤੇ ਮੈਨੂੰ ਫੋਨ ਕਰ ਸਕਦੇ ਹੋ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੁੱਦੇ ਦੇ ਮੁਤਲਕ? ਨਹੀਂ ਬਸ, ਮੈਂ ਤਾਂ ਇਹ ਕੁਝ ਕਹਿਣਾ ਚਾਹੁੰਦਾ ਜੀ ਭਾਜੀ, ਗੱਲ ਕੋ ਕਰਦਾ ਤਾਂ ਤੁਸੀਂ ਗੱਲ ਪੂਰੀ ਸੁਣਿਆ। ਦੇਖੋ ਜੀ, ਭੋਗਲ ਜੀ ਦੀ ਅਸੀਂ ਸਤਿਕਾਰ ਕਰਦੇ, ਸਾਨੂੰ ਸਾਡੇ ਔਰ ਰੋਜ਼ਾਨਾ ਕਾਲਰ ਨੇ, ਔਰ ਜੇਕਰ ਉਹ ਆਪਣੀ ਕਵਿਤਾ ਕਹਿਣਾ ਚਾਹੁੰਦੇ ਹੋ ਰੋਜ਼ ਸਾਡੇ ਮੁੱਦੇ ਦੇ ਵਿੱਚ ਆ ਕੇ ਕਹਿੰਦੇ ਨੇ, ਲੇਕਿਨ ਅੱਜ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਸੁਖਪਾਲ ਖਹਿਰਾ ਨੂੰ ਓਪੋਜੀਸ਼ਨ ਲੀਡਰ ਦੇ ਵਜੋਂ ਜਿਹੜਾ ਹੁਣ ਹਟਾਇਆ ਗਿਆ, ਔਰ ਇਹ ਕਿਆਸ ਲਾਏ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਦੇ ਨਾਲ ਰਲ ਸਕਦੀ ਹੈ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਵਿੱਚ, ਔਰ ਜਿਸ ਕਰਕੇ ਸੁਖਪਾਲ ਖਹਿਰਾ ਨੂੰ ਓਪੋਜੀਸ਼ਨ ਲੀਡਰ ਦੇ ਵਜੋਂ ਹਟਾ ਕੇ ਇਸ ਲਈ ਹਟਾਇਆ ਗਿਆ ਤਾਂ ਕਿ ਕਿਉਂਕਿ ਉਹ ਕਾਂਗਰਸ ਦੀ ਹਿਮਾਇਤ ਨਹੀਂ ਕਰਦੇ, ਨਾ ਹੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਹਿਮਾਇਤ ਕਰਦੇ ਨੇ। ਪੰਜਾਬ ਦੇ ਜੋ ਵੀ ਮੁੱਦੇ ਹੁੰਦੇ ਹਨ ਉਹਨਾਂ ਨੂੰ ਉਹ ਮੀਡੀਆ ਦੇ ਸਾਹਮਣੇ ਲੈ ਕੇ ਆਉਂਦੇ ਹਨ। ਪਿਛਲੇ 6 ਮਹੀਨਿਆਂ ਤੋਂ ਅਗਰ ਸੁਰਖੀਆਂ ਦੇ ਵਿੱਚ ਕੋਈ ਰਿਹਾ ਓਪੋਜੀਸ਼ਨ ਲੀਡਰ ਦੇ ਵਜੋਂ ਔਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਤਾਂ ਉਹ ਸੁਖਪਾਲ ਖਹਿਰਾ ਰਹੇ। ਅਤੇ ਕੀ ਲੱਗਦਾ ਹੈ ਤੁਹਾਨੂੰ ਕਿ ਆਪਸੀ ਫਾਇਦੇ ਦੇ ਕਾਰਨ, ਆਪਸੀ ਮਤਭੇਦ ਦੇ ਕਾਰਨ ਸੁਖਪਾਲ ਖਹਿਰਾ ਨੂੰ ਇਹਦਾ ਖਾਮਿਆਜ਼ਾ ਭੁਗਤਣਾ ਪਿਆ? ਅਤੇ ਜੇਕਰ ਕਾਂਗਰਸ ਦੇ ਨਾਲ ਰਲਦੀ ਹੈ ਆਮ ਆਦਮੀ ਪਾਰਟੀ ਤਾਂ ਕੀ ਪੰਜਾਬ ਦੇ ਲੋਕ ਉਹਨੂੰ ਸਪੋਰਟ ਕਰਨਗੇ ਜਾਂ ਨਹੀਂ ਕਰਨਗੇ? ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ। ਮੈਂ ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਰੁਕਿਆ, ਔਰ ਵਕਫੇ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਬਦਸਤੂਰ ਜਾਰੀ ਹੈ।